ਨਮਸਕਾਰ ਭਾਈ ਔਰ ਬਹਿਨੋ, ਅਸੀਂ ਪਹੁੰਚ ਗਏ ਹਾਂ ਲੁਧਿਆਣੇ ਤੋਂ ਅੱਗੇ ਪਹਾੜਾਂ ਦੇ ਵਿੱਚ। ਤੋ ਵਲੌਗ ਨੰਬਰ 2 ਵਿੱਚ ਤੁਹਾਡਾ ਸਵਾਗਤ ਹੈ। ਇਸ ਟਾਈਮ ਪਾਰਟੀ ਸ਼ੁਰੂ ਹੋ ਚੁੱਕੀ ਹੈ, ਪਿੱਛੇ ਉਹਨਾਂ ਦੀ ਗਿਟਾਰ ਦੇ ਨਾਲ ਸੌਂਗ ਸ਼ੁਰੂ ਹੋ ਚੁੱਕੇ ਨੇ। ਅਸੀਂ ਬਾਰਡਰ ਪਾਰ ਕੀਤਾ ਕੀਰਤਪੁਰ ਸਾਹਿਬ ਤੋਂ ਹਿਮਾਚਲ ਦਾ, ਜਿੱਥੇ ਭਾਈ ਸਾਹਿਬ ਹੋਣਾਂ ਨੇ ਪਹਿਲਾਂ ਸਟੇਟ ਟੈਕਸ ਭਰਿਆ ਵਹੀਕਲ ਦਾ। ਇਸ ਗੱਡੀ ਦਾ ਜਿਹੜਾ ਕਿ ਅੱਜ ਦਾ ਰੇਟ 2024 ਦੇ ਵਿੱਚ ਇੱਕ ਦਿਨ ਦਾ 800 ਰੁਪਈਆ ਇਸ ਗੱਡੀ ਦਾ, ਜਿਹਨੂੰ 12+1 ਸੀਟਰ ਕਹਿੰਦੇ ਆ, ਅਤੇ ਵੱਖਰੇ ਵੱਖਰੇ ਗੱਡੀ ਦਾ ਵੱਖਰਾ ਵੱਖਰਾ ਹੁੰਦਾ। ਇੱਕ ਦਿਨ ਦਾ 800 ਰੁਪਈਆ ਅਗਰ ਤੁਸੀਂ ਟੈਕਸ ਨਹੀਂ ਉਤਾਰਦੇ, ਜਿੰਨਾ ਟਾਈਮ ਤੁਸੀਂ ਲੈ ਕੇ ਗਏ ਹੋ 3 ਦਿਨ ਦਾ ਲੈ ਕੇ ਗਏ ਹੋ ਅਤੇ ਤੁਸੀਂ ਉਸ ਟਾਈਮ ਫਰੇਮ 'ਚ ਵਾਪਿਸ ਨਹੀਂ ਆਉਂਦੇ ਤਾਂ ਤੁਹਾਨੂੰ 20,000 ਰੁਪੀਸ ਦੀ ਪੈਨਲਟੀ ਪੈਂਦੀ, 20,000 ਰੁਪਏ ਦੀ, 20,000 ਰੁਪਏ ਦੀ ਪੈਨਲਟੀ ਪੈਂਦੀ। ਬਟ ਆਪਾਂ ਟੈਕਸ ਭਰਤਾ ਵਾ, ਇਹਨਾਂ ਨੇ ਮੋਹਰ ਲਵਾ ਕੇ ਬਕਾਇਦਾ ਉਹਦਾ ਤਾਂ ਪਰਚਾ ਵੀ ਲੈ ਲਿਆ। ਅਤੇ 2 ਟਨਲਾਂ ਹੀ ਪਾਰ ਕਰ ਚੁੱਕੇ, ਇੱਕ ਪਹਿਲੀ ਟਨਲ ਅਤੇ ਦੂਸਰੀ ਟਨਲ, ਹੁਣ ਅੱਗੇ ਹੋਰ ਵੀ ਕਹਿੰਦੇ ਨਵੀਆਂ ਟਨਲ ਬਣੀਆਂ ਨੇ, ਟੋਟਲ 11 ਟਨਲ। ਅਤੇ ਹਿਮਾਚਲ ਦੇ ਅੰਦਰ ਜਸਟ ਐਂਟਰ ਕੀਤੇ ਹਾਂ, ਪਿੱਛੇ ਚੱਲ ਰਹੀ ਹੈ ਪਾਰਟੀ। ਜਿੱਦਾਂ ਤੁਸੀਂ ਦੇਖ ਸਕਦੇ ਹੋ, ਹਰ ਕੋਈ ਬੰਦਾ ਆਪਦੇ ਆਪ 'ਚ ਲੱਗਾ ਆ। ਅਤੇ ਥੋੜ੍ਹੀ ਦੇਰ 'ਚ ਜਦੋਂ ਭੁੱਖ ਲੱਗੂਗੀ ਆਪਾਂ ਕਿਤੇ ਰੁਕਾਂਗੇ, ਫਿਰ ਆਪਾਂ ਉੱਥੋਂ ਦੇ ਜਿਹੜੀਆਂ ਪਿਕਚਰਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਖੈਰ, ਪਾਰਟੀ ਤਾਂ ਲਗਾਤਾਰ ਚੱਲੀ ਜਾ ਰਹੀ ਹੈ, ਕੁਛ ਬੰਦੇ ਵਿੱਚ ਰੌਲਾ ਪਾ ਰਹੇ ਨੇ, ਗੱਡੀ ਰੋਕੋ ਗੱਡੀ ਰੋਕੋ, ਕਿਤੇ ਰੁਕ ਕੇ ਗੱਡੀ ਉਹਨਾਂ ਨੇ ਅਸਲਾ ਲੈਣਾ। ਅਤੇ ਹੁਣ ਅਸੀਂ ਕੋਈ ਪਰਫੈਕਟ ਜਗ੍ਹਾ ਲੱਭ ਰਹੇ ਹਾਂ, ਕਾਫੀ ਟਾਈਮ ਤੋਂ ਇੱਕ ਠੇਕਾ ਲੇਕਰ ਸ਼ੋਪ ਲੱਭ ਰਹੇ ਜਿੱਥੋਂ ਕਿ ਅਸਲਾ ਲਿੱਤਾ ਜਾਊਗਾ ਵਾਹਵਾ ਸਾਰਾ, ਅਤੇ ਚਾਹ ਅਤੇ ਨਾਲ ਪਕੌੜੇ ਵਾਲੀ ਕੋਈ ਸਪੋਰਟ ਲੱਭ ਰਹੇ ਹਾਂ। ਜਸਟ ਹਿਮਾਚਲ ਦਾ ਬੋਰਡਰ, ਇੱਕ ਤੀਜੀ ਟਨਲ ਕ੍ਰੋਸ ਕਰਕੇ ਅਤੇ ਪਿੱਛੇ ਇੱਕ ਚਾਹ ਦੀ ਟੱਪਰੀ ਅਤੇ ਕੁਲਚੇ ਵਾਲੇ, ਉੱਥੇ ਅਸੀਂ ਰੁਕ ਚੁੱਕੇ ਹਾਂ ਇਸ ਟਾਈਮ। ਇਹ ਹੈਗਾ ਸਾਡਾ ਪਤਾ ਨਹੀਂ ਕਿੰਨੇ ਵਾਂ ਸਟੋਪ, ਬੜੀ ਵਾਰੀ ਰੁਕੇ ਹਾਂ। ਸੋਚਿਆ ਸੀਗਾ ਕਿ 2-3 ਸਟੋਪ ਲਵਾਂਗੇ, ਬਟ ਇੱਥੇ ਮੈਨੂੰ ਲੱਗਦਾ 25-30 ਸਟੋਪ ਹੋ ਚੁੱਕੇ ਨੇ ਪਿੱਛੇ ਵਾਰ ਵਾਰ। ਇਸ ਟਾਈਮ ਇਹ ਮਾਹੌਲ ਹੈ, ਵੈਲੀ ਹੈ, ਬਾਰਿਸ਼ ਹੋ ਰਹੀ ਹੈ, ਜਦਕਿ ਮੌਸਮ ਬਹੁਤ ਵਧੀਆ ਵਾ। ਅਤੇ ਨਾਲ ਹੀ ਇੱਥੇ ਇਹਨਾਂ ਦਾ ਸਮਾਨ ਹੈ, ਪਿੱਛੇ ਲਿਕਰ ਸ਼ੋਪ ਹੈ, ਕੁਲਚੇ ਹੈ। ਕੁਲਚੇ ਵੀ ਹੈਗੇ ਭਾਈ ਸਾਹਿਬ ਹੋਣਾਂ ਕੋਲ। ਭਾਈ ਸਾਹਿਬ ਜੀ, ਕੀ ਲੈ ਕੇ ਆਏ ਹੋ ਤੁਸੀਂ? ਪੰਜ ਮਿੰਟ ਲਈ ਬ੍ਰੇਕ 'ਤੇ ਗਿਆ ਸੀ ਅਤੇ ਇੱਥੇ ਇਹਨਾਂ ਨੂੰ ਰੁਕੇ ਨੂੰ ਅੱਧਾ ਘੰਟਾ ਹੋ ਗਿਆ ਹੈ, ਕਿਉਂਕਿ ਮੌਸਮ ਬਹੁਤ ਵਧੀਆ, ਸਾਹਮਣੇ ਝੀਲ ਹੈ, ਪਹਾੜੀ ਹੈ, ਬੱਦਲ ਵੀ ਆਏ ਹੋਏ ਨੇ। ਹੁਣ ਦਾਰੂ ਸਿਲੈਕਟ ਕਰਨ ਲਈ ਅਸੀਂ ਖਾਸ ਇੱਕ ਬੰਦੇ ਨੂੰ ਬੁਲਾਇਆ ਜਿਹੜਾ ਇਸ ਚੀਜ਼ ਵਿੱਚ ਪੂਰੀ ਮਾਹਿਰਤਾ ਹਾਸਿਲ ਕਰ ਚੁੱਕੇ, ਅਤੇ ਉਹ ਨੇ ਸਾਡੇ ਛੋਟੇ ਅਰਸ਼, ਅਤੇ ਨਾਲ ਨੇ ਇੱਕ ਨਵੇਂ ਕੈਂਡੀਡੇਟ ਜਿਨ੍ਹਾਂ ਨੇ ਦਾਰੂ ਦਾ ਸਾਰਾ ਭਾਰ ਆਪਣੇ ਮੋਢਿਆਂ 'ਤੇ ਚੱਕ ਲਿਆ ਹੈ, ਅਤੇ ਇਹ ਇਸ ਟਾਈਮ ਦਾਰੂ ਲੈ ਕੇ ਆਪਣੀ ਟੀਮ ਵੱਲ ਵੱਧ ਰਹੇ ਨੇ। ਲਓ ਵੀ ਚਾਹ ਵੀ ਪੀ ਲਈ, ਅਸੀਂ ਪਕੌੜੇ ਵੀ ਖਾ ਲਏ, ਦਾਰੂ ਵੀ ਲੈ ਲਈ, ਅਸਲਾ ਵੀ ਲੈ ਲਿਆ, ਅਤੇ ਹੁਣ ਅਸੀਂ ਆਪਣੇ ਕਾਫਲਾ ਅੱਗੇ ਤੋਰ ਲਿਆ।
ਹੁਣ ਟਨਲ 'ਤੇ ਟਨਲ, ਟਨਲ 'ਤੇ ਟਨਲ, ਅਤੇ ਥੋੜ੍ਹੀ ਦੇਰ ਬਾਅਦ ਅਸੀਂ ਹੁਣ ਅਸੀਂ ਰੁਕਾਂਗੇ ਜਿੱਥੇ ਅਸੀਂ ਲੰਚ ਕਰਨਾ ਹੈ। ਉਨੀ ਦੇਰ ਸਾਡੇ ਜਿਹੜੇ ਮੈਂਬਰਸ ਨੇ ਸਾਰੇ ਇਹ ਇਸ ਟਾਈਮ ਫਿਰ ਦੁਬਾਰਾ ਇੱਕ ਵਾਰ ਪਾਰਟੀ ਦੇ ਮੂਡ 'ਚ ਆ ਚੁੱਕੇ ਨੇ। ਬਈ ਮਿੱਤਰੋ, ਵਲੋਗ ਦੇ ਇਸ ਪਾਰਟ ਵਿੱਚ ਅਸੀਂ ਮੰਡੀ ਕ੍ਰੋਸ ਕੀਤੇ ਨੂੰ ਸਾਨੂੰ ਕੋਈ ਅੱਧਾ ਘੰਟਾ ਹੋ ਗਿਆ ਅਤੇ ਹੁਣ ਲੱਗੀ ਹੈ ਜ਼ੋਰ ਨਾਲ ਭੁੱਖ। ਅਤੇ ਫਾਸਟ ਫੂਡ ਸਾਊਥ ਇੰਡੀਅਨ ਵੀ ਹੈ, ਡੋਸਾ ਵੀ ਮਿਲੇਗਾ ਇੱਥੇ। ਰੈਸਟੋਰੈਂਟ ਵਾਲਿਆਂ ਦਾ ਬੰਦਾ ਬਾਹਰ ਆਇਆ, ਮੈਂ ਤੈਨੂੰ ਰੈਸਟੋਰੈਂਟ ਵਾਲਾ ਬੰਦਾ ਲੱਗਦਾ। ਗੱਡੀ ਹੈ ਮੇਰੀ ਅਤੇ ਆਹ ਦੋ ਕਾਲੇ ਕੱਪੜੇ ਵਾਲੇ ਆ, ਇਹਨਾਂ ਨੂੰ ਤੁਸੀਂ ਪਛਾਣ ਲਓ। ਸਾਊਥ ਇੰਡੀਅਨ ਹੈ, ਪਿੱਛੇ ਇਡਲੀ ਡੋਸਾ ਸਾਂਬਰ ਹੋਟਲ ਨੀਲਮ ਐਂਡ ਰੈਸਟੋਰੈਂਟ, ਉਹ ਉੱਤੇ ਨੀਲਮ ਢਾਬਾ, ਦਾਲ ਰੋਟੀ ਸਭ ਕੁਛ ਮਿਲੇਗੀ। ਇੱਕ ਬੰਦਾ ਅੰਦਰ ਹੀ ਉਹ ਗੇਮ ਖੇਡੀ ਜਾਂਦਾ ਵਾ, ਪਹਾੜਾਂ 'ਚ ਆ ਕੇ ਵੀ ਪਬਜੀ ਗੇਮ ਖੇਡੀ ਜਾਂਦਾ। ਅੱਛਾ, ਚੈੱਸ ਖੇਡਦੇ ਪਏ ਆ ਇਹ ਪਹਾੜਾਂ ਦੇ ਵਿੱਚ। ਰੋਟੀ ਖਾਣ ਦਾ ਜਿਹੜਾ ਹੁੰਦਾ ਨਾ ਸਵਾਦ, ਉਹ ਕੁਛ ਜ਼ਿਆਦਾ ਹੀ ਹੁੰਦਾ ਜੀ। ਠੀਕ ਹੈ, ਮੈਗੀ ਵੀ ਖਾਵਾਂਗੇ। ਕਈਆਂ ਲੋਕਾਂ ਨੂੰ ਇੱਧਰ ਰੋਟੀ ਦੀ ਟੈਨਸ਼ਨ ਸੀਗੀ, ਮੈਗੀ ਟੈਨਸ਼ਨ ਸੀ, ਅਤੇ ਇੱਧਰ ਦੇਖੋ ਕਿਤੇ ਅਗਲੇ ਦਾ ਵਜ਼ੀਰ ਰਾਣੀ ਨਾ ਭਜਾ ਕੇ ਲੈ ਜੇ। ਕੱਢੋ ਫਿਰ ਸਮਾਨ, ਕੱਢੋ ਆਪਣਾ, ਤੁਸੀਂ ਵੀ ਕੱਢੋ, ਕੱਢ ਲਿਆ ਇਹਨਾਂ ਨੇ ਤਾਂ। ਮੈਂ ਐਡੇ ਸੋਹਣੇ ਗਲਾਸ ਲੈ ਕੇ ਆਏ ਆ, ਜਨਾਨੀਆਂ ਨਾਲ ਗੱਪਾਂ ਵੀ ਮਾਰੀਆਂ, ਭੱਜ ਗਈਆਂ ਉਹ, ਤੁਹਾਡੇ ਹੱਥ 'ਚ ਤਾਂ ਆਈਆਂ ਨਹੀਂ ਉਹ। ਹੈਂ, ਲਾਲ ਬਰੰਗੀ ਕਾਹਦੀ ਹੁੰਦੀ? ਤੁਸੀਂ ਕੀ ਕਰਕੇ ਆਏ ਜੇ ਉੱਥੇ? ਤੁਹਾਡੇ ਕੋਲ ਕੀ ਬਣਿਆ ਉੱਥੇ? ਮੈਂ ਲੱਗਦਾ ਤੇ ਪਿਆ ਸੀ, ਅੱਧਾ ਘੰਟਾ ਹੋ ਗਿਆ ਸੀ ਤੁਹਾਡੇ ਬਣਿਆ ਕੱਖ। ਅੱਧਾ ਕੋ ਨੀ ਬਣਿਆ, ਗੱਲਾਂ ਮਾਰਦੇ ਆ। ਅੱਛਾ, ਲਓ ਵੀ ਦੋਸਤ, ਵਲੋਗ ਨੰਬਰ 2 ਅਸੀਂ ਇੱਥੇ ਖਤਮ ਕਰਦੇ ਹਾਂ, ਇੱਥੋਂ ਅਸੀਂ ਲੰਚ ਕਰ ਲਿਆ ਅਤੇ ਵਲੋਗ ਨੰਬਰ 3 'ਚ ਮਿਲਾਂਗੇ ਜਦੋਂ ਅਸੀਂ ਜਿੱਬੀ ਪਹੁੰਚ ਜਾਂਗੇ। ਲਾਲ ਬਰੰਗੀ ਕਾਹਦੀ ਹੁੰਦੀ? ਤੁਸੀਂ ਕੀ ਕਰਕੇ ਆਏ ਜੇ ਉੱਥੇ? ਤੁਹਾਡੇ ਕੋਲ ਕੀ ਬਣਿਆ ਉੱਥੇ? ਮੈਂ ਲੱਗਦਾ ਤੇ ਪਿਆ ਸੀ, ਅੱਧਾ ਘੰਟਾ ਹੋ ਗਿਆ ਸੀ ਤੁਹਾਡੇ ਬਣਿਆ ਕੱਖ।